ਐਸ ਐਚ ਓ ਸਾਹਿਬ ਨੂੰ ਫੋਨ ਕੀਤਾ ਮੈਂ ਜੰਡਿਆਲੇ ਦੇ ਜਿਹੜੇ ਐਸ ਐਚ ਓ ਸਾਹਿਬ ਨੇ ਉਹ ਦੱਸਦੇ ਕਿ ਇੱਥੇ ਕੋਈ ਕਹਿੰਦੇ ਮੰਡਾਲੇ ਲਾਗੇ ਫਾਇਰਿੰਗ ਹੋਈ ਆ, ਕੋਈ ਬੰਦਿਆਂ ਨੂੰ ਮਾਰ ਗਏ ਨੇ, ਅਸੀਂ ਉੱਧਰ ਹੈਗੇ ਹਾਂ ਅਤੇ ਉਹਨਾਂ ਨੇ ਕੋਈ ਬੰਦਾ ਭੇਜਿਆ ਨਹੀਂ। ਫਿਰ ਮੈਂ 2-3 ਘੰਟਿਆਂ ਬਾਅਦ ਫੋਨ ਕੀਤਾ ਉਹਨਾਂ ਨੂੰ, ਉਹ ਕਹਿੰਦੇ ਹੁਣ ਅਸੀਂ ਅਮਨ ਦੀ ਹਸਪਤਾਲ ਹਾਂ, ਬੱਚੇ ਉਹਦੀ ਡੈਥ ਹੋ ਚੁੱਕੀ ਆ। ਸੋ ਪ੍ਰਸ਼ਾਸਨ ਪੁਲਿਸ ਵੱਲੋਂ ਕੋਈ ਵੀ ਮੌਕੇ 'ਤੇ ਨਹੀਂ ਆਇਆ, ਉਹਨਾਂ ਕਿਸੇ ਨੇ ਨਹੀਂ ਵੇਖਿਆ। ਸਕੂਲ 'ਚ ਚੋਰੀ ਹੋ ਗਈ ਅਤੇ ਪੁਲਿਸ ਕਹਿੰਦੀ ਬਾਅਦ 'ਚ ਆਵਾਂਗੇ, ਹਾਲੇ ਕਿਸੇ ਹੋਰ ਕੇਸ 'ਚ ਬਿਜ਼ੀ ਹਾਂ। ਤਾਂ ਦੱਸ ਦਈਏ ਕਿ ਅਣਪਛਾਤੇ ਚੋਰਾਂ ਦੇ ਵੱਲੋਂ ਇੱਕ ਤੜਕਸਾਰ ਸਕੂਲ ਦੇ ਵਿੱਚ ਵੜ ਕੇ ਚੋਰੀ ਕੀਤੀ ਗਈ, ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੂੰ ਜਦ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਲਗਾਇਆ, ਪੁਲਿਸ ਨੂੰ ਇਤਲਾਹ ਦਿੱਤੀ ਅਤੇ ਕਿਹਾ ਕਿ ਆ ਕੇ ਛਾਣਬੀਨ ਕੀਤੀ ਜਾਵੇ। ਪਰ ਪੁਲਿਸ ਦਾ ਕਹਿਣਾ ਸੀ ਕਿ ਉਹ ਕਿਸੇ ਹੋਰ ਕੇਸ ਦੇ ਵਿੱਚ ਉਲਝੇ ਹੋਏ ਨੇ, ਬਾਅਦ ਦੇ ਵਿੱਚ ਆਉਣਗੇ। ਤਾਂ ਤੁਹਾਨੂੰ ਦੱਸ ਦਈਏ ਕਿ ਤੜਕਸਾਰ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਮੱਲੀਆਂ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਖੇ ਅਣਪਛਾਤੇ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਚੋਰਾਂ ਦੇ ਵੱਲੋਂ ਪੌੜੀ ਲਗਾ ਕੇ ਖਿੜਕੀ ਰਾਹੀਂ ਸਕੂਲ ਅੰਦਰ ਦਾਖਲ ਹੋਇਆ ਗਿਆ ਅਤੇ 1.5 ਲੱਖ ਰੁਪਏ ਦੀ ਨਕਦੀ ਅਤੇ 2 LCD ਜਿਹੜੀ ਕਿ ਪ੍ਰਿੰਸੀਪਲ ਆਫਿਸ ਦੇ ਵਿੱਚ ਲੱਗੀਆਂ ਸੀ, ਪੂਰੇ ਸਕੂਲ ਦੇ CCTV ਤਸਵੀਰਾਂ ਜਿਹੜੀਆਂ ਇਸ LCD ਦੇ ਵਿੱਚ ਹੀ ਦੇਖਦੀਆਂ ਸੀ, ਉਹ ਦੋਨੇ LCDਾਂ ਅਤੇ 1.5 ਲੱਖ ਰੁਪਏ ਚੋਰੀ ਕਰਕੇ ਲੈ ਗਏ ਨੇ ਚੋਰ। ਤਾਂ ਆਓ ਪ੍ਰਿੰਸੀਪਲ ਤੋਂ ਹੀ ਜਾਣਦੇ ਹਾਂ ਕਿ ਚੋਰਾਂ ਨੇ ਹੋਰ ਕੀ ਨੁਕਸਾਨ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਸਾਡਾ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਚੋਰੀ ਹੋਈ ਹੈ ਜੀ। ਰਾਤੀ ਸਕਿਉਰਟੀ ਗਾਰਡ ਦਾ ਫੋਨ ਆਇਆ ਸੀ ਸਵੇਰੇ, ਉਸ ਵਕਤ ਹੀ ਜਦੋਂ PN ਆਉਂਦੀਆਂ ਸਕੂਲ 'ਚ 7 ਵਜੇ, ਉਹਨਾਂ ਨੇ ਬੂਹਾ ਖੋਲ੍ਹਿਆ, ਉਹਨਾਂ ਨੂੰ ਵੇਖਿਆ ਕਿ ਅੰਦਰ ਚੋਰੀ ਹੋਈ ਸੀ। ਬੂਹਾ ਟੁੱਟੇ ਸੀ, ਸਾਰੀ ਅਲਮਾਰੀਆਂ ਖੁੱਲ੍ਹੀਆਂ ਪਈਆਂ ਸੀ ਅਤੇ ਸਾਡੀਆਂ 2 LED ਜਿਹੜੀਆਂ ਸੀ, ਜਿੱਥੋਂ ਸਕੂਲ ਦੇ ਸਾਰੇ ਕੈਮਰੇ ਜਿਹੜੇ ਆ ਉਹ ਮੋਨੀਟਰ ਹੁੰਦੇ ਆ ਸਾਰੇ, ਉੱਥੋਂ ਮਤਲਬ ਅਸੀਂ ਵੇਖੀਦਾ ਕਿੱਥੇ ਕੀ ਚੱਲਦਾ ਪਿਆ। ਉਹ 2 LED ਗੈਪ ਸੀ ਸਾਡੀਆਂ, ਅਤੇ ਉਸ ਤੋਂ ਇਲਾਵਾ ਸਾਡਾ ਇੱਕ ਸੇਫ ਸੀ ਸਾਡੀ ਅਲਮਾਰੀ ਦੇ ਵਿੱਚ, ਉਹ ਵੀ ਪੱਟ ਕੇ ਉਹਨਾਂ ਨੇ ਬਾਹਰ ਸੁੱਟਿਆ ਤੋੜ ਕੇ ਉਹਨੂੰ। ਅਤੇ ਉਹਦੇ ਵਿੱਚ ਵੀ ਸਾਡੀ ਐਡਮਿਸ਼ਨ ਦੇ ਜਿਹੜੇ 1.5 ਲੱਖ ਰੁਪਇਆ ਪਿਆ ਸੀ, ਉਹ ਤਾਂ ਪਿਆ ਸੀ ਕਿ ਬੈਂਕ ਅਖੀਰਲੇ ਦਿਨਾਂ 'ਚ ਬੰਦ ਹੁੰਦੇ ਨੇ, ਸ਼ਨੀ ਐਤਵਾਰ ਵੀ ਛੁੱਟੀ ਸੀ ਉਹਨਾਂ ਨੂੰ। ਸੋ ਥੋੜ੍ਹਾ ਇੰਨਾ ਜਿੰਨਾ ਕੈਸ਼ ਹੁੰਦਾ ਵੈਸੇ ਤਾਂ ਰੱਖਦੇ ਨਹੀਂ ਆ, ਵੈਸੇ ਜਮ੍ਹਾਂ ਕਰਾ ਦਈਦਾ, ਜੇ ਹੋਵੇ ਤਾਂ ਉੱਥੇ ਰੱਖ ਕੇ ਜਾਈਦਾ, ਉਹ ਵੀ ਸਾਡਾ ਗੈਪ ਹੈ ਜੀ। ਸੋ ਬਾਕੀ ਸਾਰੀ ਅਲਮਾਰੀਆਂ ਟੁੱਟੀਆਂ ਹੋਇਆ, ਗ੍ਰਿਲ ਟੁੱਟ ਗਈ ਆ, ਬਾਹਰੋਂ ਉਹਨਾਂ ਨੇ ਪਿੱਛੋਂ ਆਏ ਆ ਆਪਣੀ ਪੌੜੀ ਲੈ ਕੇ ਆਏ ਨੇ, ਜਿਵੇਂ ਜਿਵੇਂ ਕੋਈ ਭੇਤੀ ਹੁੰਦਾ ਵਾ, ਉਹਨਾਂ ਨੇ ਪਹਿਲਾਂ ਜਿਹੜੀ ਫੈਂਸਿੰਗ ਤਾਰ ਲੱਗੀ ਆ ਕੰਡਿਆਲੀ ਤਾਰ ਉਹ ਤੋੜੀ ਆ, ਉੱਥੋਂ ਟੱਪ ਕੇ ਫਿਰ ਉਹਨਾਂ ਨੇ ਆ ਕੇ ਅੰਦਰ ਗ੍ਰਿਲ ਤੋੜੀ ਆ, ਗ੍ਰਿਲ ਨੂੰ ਤੋੜ ਕੇ ਅਤੇ ਹੋਇਆ ਵਾ ਉਹਦੇ ਵਿੱਚ ਇੱਕ ਹੋਰ ਆ ਕੇ ਇਹ ਲੱਗਦਾ ਕਿ ਬੰਦੇ ਮਤਲਬ ਪੂਰੇ ਟ੍ਰੇਨਡ ਆ ਉਹਨਾਂ ਦਾ, ਇੱਕ ਬੰਦੇ ਦਾ ਜਿਹੜਾ ਤੀਰਥ ਗਾਰਡ ਹੁੰਦਾ ਵਾ ਗਾਰਡ ਵੀ ਉੱਥੇ ਮੌਜੂਦ ਆ, ਉਹਦਾ ਉਹਦੇ ਮੂੰਹ 'ਚੋਂ ਗਾਰਡ ਲੱਥਾ, ਉਹ ਨਾਲ ਪੇਕਸ ਵਗੈਰਾ ਉਹਨਾਂ ਦੇ ਆਪਣੇ ਸੀ, ਨਾਲ ਉਹ ਚਾਬੀ ਉਹਦੀ ਇੱਕ ਹੈਗੀ ਆ ਜਿੱਥੇ ਸਾਈਕਲ ਦੀ ਕੋਈ ਚਾਬੀ ਲੱਗਦੀ ਆ, ਸ਼ਾਇਦ ਉਹਦੇ ਨਾਲ ਦੀ ਕੋਈ ਚਾਬੀ ਵੀ ਉਹਨਾਂ ਦੀ ਪਈ ਉੱਥੇ। ਸੋ ਇਹ ਵਾਰਦਾਤ ਹੋਈ ਹੈ ਜੀ। ਕੋਈ 2 LED ਨੇ, ਵੱਡੀਆਂ LED ਸੀ, ਮਤਲਬ ਦੋਵੇਂ ਕੰਪਨੀਆਂ ਸੀ, 45-50 ਹਜ਼ਾਰ ਦੀਆਂ LEDਾਂ ਹੋਣਗੀਆਂ, ਬਾਕੀ ਕੈਸ਼ ਹੈ ਜੀ। ਮਤਲਬ ਅਤੇ ਬਾਕੀ ਜਿਹੜੇ ਲੋਕ ਟੁੱਟ ਗਏ ਨੇ, ਬੂਹੇ ਹਿੱਲ ਗਏ ਨੇ ਜਾਂ ਗ੍ਰਿਲਾਂ ਲਾ ਲਓ, ਮਤਲਬ 2.5 ਲੱਖ ਰੁਪਏ ਦੇ ਕੋਲ ਨੁਕਸਾਨ ਹੋ ਹੀ ਗਿਆ ਜੀ। ਹਾਂਜੀ, ਸਕਿਉਰਟੀ ਹੈਗੀ ਆ ਜੀ ਸਾਡੀ, ਉਹ ਕਹਿੰਦਾ ਮੈਂ ਚੱਕਰ ਲਾ ਕੇ ਗਿਆ ਸੀ, ਸਕਿਉਰਟੀ ਗਾਰਡ ਬਾਹਰ ਸੀ, ਕਹਿੰਦਾ ਮੈਨੂੰ ਇਸ ਚੀਜ਼ ਬਾਰੇ ਪਤਾ ਨਹੀਂ ਆ, ਜਦੋਂ ਕੈਮਰੇ ਵੀ ਵੇਖਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਸਿਰਫ ਮੋਬਾਈਲ ਦੀਆਂ ਉਹ ਆਪਣੀ ਬੈਟਰੀ ਜਗਾ ਰਹੇ ਨੇ, ਹੋਰ ਉਹਨਾਂ ਫੇਸ ਵਗੈਰਾ ਹਨੇਰਾ ਹੀ ਆ, ਬਾਕੀ ਉਹ ਕਵਰ ਨਹੀਂ ਹੋ ਰਿਹਾ। ਵੇਖਿਆ 5:24 ਦੇ ਕੋਲ ਕੋਲ ਟਾਈਮ ਜਿਹੜਾ ਵਾ ਉਹ ਸ਼ੁਰੂ ਹੁੰਦਾ ਜੀ, 5:15 ਦੇ ਕੋਲ ਕੋਲ। ਹਾਂਜੀ, ਸਵੇਰੇ ਜਦੋਂ ਪਤਾ ਲੱਗਾ ਕਿ ਐਸ ਐਚ ਓ ਸਾਹਿਬ ਨੂੰ ਫੋਨ ਕੀਤਾ ਮੈਂ ਜੰਡਿਆਲੇ ਦੇ ਜਿਹੜੇ ਐਸ ਐਚ ਓ ਸਾਹਿਬ ਨੇ, ਉਹ ਦੱਸਦੇ ਕਿ ਇੱਥੇ ਕੋਈ ਕਹਿੰਦੇ ਮੰਡਾਲੇ ਲਾਗੇ ਫਾਇਰਿੰਗ ਹੋਈ ਆ, ਕੋਈ ਬੰਦਿਆਂ ਨੂੰ ਮਾਰ ਗਏ ਨੇ, ਅਸੀਂ ਉੱਧਰ ਹੈਗੇ ਹਾਂ ਅਤੇ ਉਹਨਾਂ ਨੇ ਕੋਈ ਬੰਦਾ ਭੇਜਿਆ ਨਹੀਂ। ਫਿਰ ਮੈਂ 2-3 ਘੰਟਿਆਂ ਬਾਅਦ ਫੋਨ ਕੀਤਾ ਉਹਨਾਂ ਨੂੰ, ਉਹ ਕਹਿੰਦੇ ਹੁਣ ਅਸੀਂ ਅਮਨ ਦੀ ਹਸਪਤਾਲ ਹਾਂ, ਬੱਚੇ ਉਹਦੀ ਡੈਥ ਹੋ ਚੁੱਕੀ ਆ। ਸੋ ਪ੍ਰਸ਼ਾਸਨ ਪੁਲਿਸ ਵੱਲੋਂ ਕੋਈ ਵੀ ਮੌਕੇ 'ਤੇ ਨਹੀਂ ਆਇਆ, ਉਹਨਾਂ ਕਿਸੇ ਨੇ ਨਹੀਂ ਵੇਖਿਆ ਨੇ।
ਮੈਂ ਮੰਗ ਇਹੋ ਹੀ ਕਰਦਾ ਜੀ, ਮਤਲਬ ਜਿਹੜਾ ਸਾਨੂੰ ਲੱਗਦਾ ਕਿ ਬਾਲੀਆ ਪਿੰਡ ਸਾਡਾ ਮਲੀਆ ਪਿੰਡ ਬਹੁਤ ਨਸ਼ਾ ਇੱਥੇ, ਇਹਨੂੰ ਠੱਲ ਪਾਈ ਜਾਵੇ। ਜਦੋਂ ਠੱਲ ਪਾਵਾਂਗੇ ਤਾਂ ਹੋ ਸਕਦਾ ਕਿ ਚੋਰੀ ਜਿਹੜੀ ਆ ਉਹ ਘੱਟ ਜਾਵੇ। ਵੇਖੋ ਵਿੱਦਿਆ ਦਾ ਮੰਦਰ ਆ ਇੱਥੇ, ਤਾਂ ਸਾਰਾ ਕੰਮ ਹੀ ਸਾਫ਼ ਸੁਥਰਾ ਅਤੇ ਗੁਰੂ ਸਾਹਿਬ ਨਾਲ ਰਿਲੇਟਡ ਸਕੂਲ ਆ ਨਾਲੇ। ਸੋ ਇਹ ਮਾੜੀ ਮੰਦਭਾਗੀ ਗੱਲ ਆ ਪਿੰਡ ਵਾਸਤੇ ਵੀ ਅਤੇ ਸਾਰਿਆਂ ਵਾਸਤੇ ਵੀ।